ਆਪਣੇ ਸ਼ਹੀਦਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਤਾਂ ਕਿ ਸਾਡੀ ਨੌਜਵਾਨ ਪੀੜ੍ਹੀ ਆਪਣੇ ਅਮੀਰ ਵਿਰਾਸਤ ਨੂੰ ਯਾਦ ਰੱਖ ਸਕੇ। ਇਹ ਗੱਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਹਾਰਾਣਾ ਰਣਜੀਤ ਸਿੰਘ ਵਾਰ ਮਿਊਜ਼ੀਅਮ ਦੇ ਵਰਲਡ ਵਾਰ ਫਸਟ ਵਿੱਚ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੇ ਵਾਰਸਾਂ ਨੂੰ ਸਨਮਾਨਿਤ ਕਰਨ ਮੌਕੇ ਕਹੀ। ਇਸ ਮੌਕੇ ਤੇ ਬੋਲਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ਸਿਰਫ ਪਹਿਲੀ ਲੜਾਈ ਦੇ 60,000 ਨਾਮ ਨੇ ਉੱਥੇ, ਜਦੋਂ 74,000 ਬੰਦੇ ਆਪਣੇ ਸ਼ਹੀਦ ਹੋਏ, 14,000 ਕਿੱਥੇ ਗਏ, ਮੈਨੂੰ ਨਾ ਹੀ ਨਹੀਂ ਕੋਈ ਯਾਦ ਰੱਖਦਾ। ਇਸ ਤੋਂ ਅੱਛਾ ਤਾਂ ਮੈਨੂੰ ਹੈ ਕਿ ਜਦੋਂ ਮੈਂ ਹੁਣ ਪਿੱਛੇ ਜੇ ਜਦੋਂ ਮੈਂ ਪਹਿਲੀ ਕਿਤਾਬ ਲਿਖ ਰਿਹਾ ਸੀ 2014 'ਚ, 100 ਸਾਲ ਜਦੋਂ ਸ਼ੁਰੂ ਹੋਏ ਸੀ, ਜਨਰਲ ਸਾਹਿਬ ਔਰ ਮੈਂ ਅਸੀਂ ਫਰਾਂਸ ਵਿੱਚ ਗਏ, ਬੈਲਜੀਅਮ ਗਏ, ਤੁਹਾਨੂੰ ਪਤਾ ਹੈ ਉਦੋਂ ਜਿਹੜੀ ਬ੍ਰਿਟਿਸ਼ ਦੀ, ਬ੍ਰਿਟਨ ਦੀ 4 ਡਿਵੀਜ਼ਨਾਂ, ਇੱਕ ਇਨਫੈਂਟਰੀ ਦੀਆਂ ਔਰ ਇੱਕ ਕੈਵਲਰੀ ਦੀ ਡਿਵੀਜ਼ਨ, ਉਹਨਾਂ ਦੀ ਐਕਸਪੀਡੀਸ਼ਨਰੀ ਫੋਰਸ ਦੇ ਵਿੱਚ ਪਹਿਲਾਂ ਗਈ ਸੀ ਔਰ 60 ਦਿਨ ਵਾਸਤੇ ਉਹ ਲੜਦੇ ਰਹੇ, ਫੌਜਦਾਰ ਕਰਦੇ ਰਹੇ। ਜਦੋਂ ਉਹ ਇੱਕ ਲਾਈਨ 'ਤੇ ਪਹੁੰਚੇ ਜਿਹੜੀ ਸਵਿਟਜ਼ਰਲੈਂਡ ਮੁਲਕ ਹੈ, ਉੱਥੋਂ ਲੈ ਕੇ ਸਮੁੰਦਰ ਤੱਕ ਜਾਂਦੀ ਸੀ, 475 ਕਿਲੋਮੀਟਰ ਲੰਬੀ, ਔਰ ਉੱਥੇ ਜਦੋਂ ਜੰਗ ਚੱਲ ਰਿਹਾ ਸੀ ਬੜੇ ਪਲਟਣਾਂ ਦੇ ਦਰਮਿਆਨ ਜਾਂ ਪਲਟਣਾਂ ਵੱਖਰੀ ਪਲਟਣ ਦੇ ਨੇੜੇ ਤੋਂ, ਕਮ ਸੇ ਕਮ ਕਿਤੇ 100 ਗਜ਼ ਕਿਤੇ 400 ਗਜ਼, ਉਹਨਾਂ ਜਰਮਨਾਂ ਨੂੰ ਇਨਫਿਲਟਰੇਟ ਕਰਨ ਵਾਸਤੇ ਬੜਾ ਜਗ੍ਹਾ ਸੀਗੀ। ਉਦੋਂ ਪਹਿਲੀ 2 ਡਿਵੀਜ਼ਨਾਂ ਸਾਡੇ ਹਿੰਦੁਸਤਾਨ ਦੀ ਗਈਆਂ ਸੀ, 3ਵੀਂ ਲਾਹੌਰ ਡਿਵੀਜ਼ਨ ਔਰ 7ਵੀਂ ਮੇਰਠ ਡਿਵੀਜ਼ਨ, ਔਰ ਪਹਿਲੀ ਉੱਥੇ 24 ਅਕਤੂਬਰ ਨੂੰ ਮਾਰਸੇਲ ਦੇ ਵਿੱਚ ਸਾਡੀ 3ਵੀਂ ਲਾਹੌਰ ਡਿਵੀਜ਼ਨ ਪਹੁੰਚੀ ਔਰ ਪਹਿਲੀ ਬ੍ਰਿਗੇਡ ਜਿਹੜੀ ਉੱਥੋਂ ਉੱਤਰੀ ਬੰਦਰਗਾਹ ਦੇ ਉੱਪਰ, ਉਹ ਸੀ ਸਾਡੀ ਜਲੰਧਰ ਬ੍ਰਿਗੇਡ, ਜਿਹਦੇ ਵਿੱਚ 2 ਸਾਡੀਆਂ ਪਲਟਣਾਂ ਸੀ, 47 ਸਿੱਖ ਔਰ 15 ਸਿੱਖ, ਬਾਕੀ ਇੱਕ ਪਾਕਿਸਤਾਨ ਵਿੱਚ ਚਲੀ ਗਈ ਪਲਟਣ ਔਰ ਇੱਕ ਅੰਗਰੇਜ਼ਾਂ ਦੀ ਪਲਟਣ ਸੀ। ਔਰ ਉਹਨਾਂ ਨੂੰ 24 ਅਕਤੂਬਰ ਨੂੰ ਪਹੁੰਚੀਆਂ, ਸਾਡੀਆਂ ਰਾਈਫਲਾਂ ਅੰਗਰੇਜ਼ਾਂ ਨਾਲੋਂ ਫਰਕ ਸੀਆਂ, ਐਮੂਨੇਸ਼ਨ ਫਰਕ ਸੀ, ਤਾਂ ਪਹਿਲਾਂ ਸਾਨੂੰ ਉਹ ਰਾਈਫਲਾਂ ਜਮ੍ਹਾਂ ਕਰਨੀਆਂ ਪਈਆਂ, ਨਵੀਆਂ ਇਸ਼ੂ ਹੋਈਆਂ, ਉਹਦੇ 'ਤੇ ਟ੍ਰੇਨਿੰਗ ਹੋਈ ਔਰ ਨਵੰਬਰ ਦੇ ਪਹਿਲੇ ਹਫ਼ਤੇ 'ਚ ਸਾਨੂੰ ਲਾਈਨ ਦੇ ਵਿੱਚ ਭੇਜਿਆ ਗਿਆ ਉਹਨਾਂ ਦੀ ਮਦਦ ਵਾਸਤੇ, ਅੰਗਰੇਜ਼ਾਂ ਦੀ ਮਦਦ ਵਾਸਤੇ। ਔਰ ਉਹ ਕਦੇ ਪਲਟਣ ਪਹਿਲੇ 2-3 ਮਹੀਨੇ ਇਕੱਠੀ ਨਹੀਂ ਲੈਣੀ, ਕਿਤੇ ਪਲਟੂਨ ਭੇਜਤੀ, ਕਦੇ 2 ਕੰਪਨੀਆਂ ਭੇਜਤੀਆਂ, ਕਦੇ 1 ਕੰਪਨੀ ਭੇਜਤੀ, ਤਾਂ ਕਿ ਉੱਥੇ ਉਹਨਾਂ ਦੀ ਮਦਦ ਦੇ ਵਿੱਚ ਹੋਏ। ਔਰ ਸਾਡੀ ਡਿਵੀਜ਼ਨ ਇਸ ਤੋਂ ਬਾਅਦ ਸਰਹੰਦ ਬ੍ਰਿਗੇਡ ਆਈ, ਉਦੋਂ ਬ੍ਰਿਗੇਡਾਂ ਦੇ ਨੰਬਰ ਨਹੀਂ ਹੁੰਦੇ ਸੀ, ਲਾਹੌਰ ਡਿਵੀਜ਼ਨ ਸੀ, ਜਲੰਧਰ ਬ੍ਰਿਗੇਡ ਸੀ, ਸਰਹੰਦ ਬ੍ਰਿਗੇਡ ਸੀ, 7 ਡਿਵੀਜ਼ਨ ਨੂੰ ਉਦੋਂ ਮੇਰਠ ਡਿਵੀਜ਼ਨ ਕਹਿੰਦੇ ਸੀ, ਉਹਨਾਂ ਦੀ ਸਾਰੀ ਭਰਤੀ ਉਹ ਕਿਤੇ ਪਾਸੋਂ ਗੜਵਾਲ ਵੱਲੋਂ ਵਗੈਰਾ ਹੁੰਦੀ ਸੀ ਔਰ ਲਾਹੌਰ ਡਿਵੀਜ਼ਨ ਦੀ ਆਪਣੇ ਪੰਜਾਬ ਵੱਲੋਂ। ਸੋ ਇਹ ਜਿਹੜੀਆਂ ਲੜਾਈ ਪਹਿਲੀ ਪਈ ਸਾਡੀ ਪਈ, ਔਰ ਸਾਡੀ ਪਲਟਨ 2nd ਨੂੰ ਥੋੜ੍ਹੀ ਜਲਦੀ ਕੱਢ ਲਿਆ ਸੀ, ਕਿਉਂਕਿ ਉਦੋਂ ਆਪਾਂ ਟੌਫਰਿਕ ਦਾ ਜਾਣਕਾਰ 2nd ਸਿੱਖ ਵਾਲੇ ਸਾਰੇ ਜਾਣਦੇ ਨੇ, ਅਸੀਂ ਉਹ 1884 ਵਿੱਚ ਅਸੀਂ ਲੜੇ ਸੀ ਇਜਿਪਟ ਦੇ ਵਿੱਚ, ਮਿਸਰ 'ਚ, ਔਰ ਉੱਥੇ ਦੁਬਾਰਾ ਹਲਚਲ ਹੋਣੀ ਸੀ ਸ਼ੁਰੂ, ਤਾਂ ਸਾਨੂੰ 1915 ਦੇ ਵਿੱਚ ਕੱਢ ਕੇ ਉੱਥੇ ਭੇਜਤਾ ਸੀ ਉਹਨਾਂ ਨਾਲ ਕਰਨ ਵਾਸਤੇ, ਰਹਿ ਗਈ ਸਾਡੀ ਉੱਥੇ 47 ਸਿੱਖ, ਔਰ 47 ਸਿੱਖ ਗਈ ਸੀ ਜਦੋਂ ਪਲਟਣ, ਉਦੋਂ 1100 ਦੇ ਕਰੀਬ ਜਵਾਨ ਔਰ ਅਫਸਰ ਸੇ ਸਰਦਾਰ ਸਾਹਿਬਾਨ, ਔਰ ਜਦੋਂ ਨਿਕਲੀ ਸਿਰਫ 76 ਬੱਚੇ ਸੀ। ਉਹਨਾਂ ਲੋਕਾਂ ਵਾਸਤੇ ਹੈ ਜਿਹੜੇ ਗਰੀਬ ਤੋਂ ਗਰੀਬ ਨੇ, ਜਿਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਅਸੀਂ ਜਾਈਏ ਕਿੱਥੇ। ਇਹ ਸ਼ੁਰੂ ਹੋਈ ਸੀ 2017 'ਚ, ਪਹਿਲੀ ਰਾਊਂਡ ਦੇ ਵਿੱਚ ਅਸੀਂ ਸਰਵੇ ਕਰਵਾਇਆ ਸੀ ਹਰ ਪਿੰਡ ਦੇ ਵਿੱਚ, ਦੂਜਾ ਜਿਹੜਾ ਜੂਨ 2018 ਤੋਂ ਅਗਸਤ 2018 ਤੱਕ ਸੀ, ਪਿੰਡਾਂ ਦੇ ਗਰੁੱਪ ਬਣਾ ਕੇ ਉੱਥੇ ਕੈਂਪ ਕਰਵਾਏ ਸੀ, ਔਰ ਤੀਸਰਾ ਜਿਹੜੇ ਡਿਸਟ੍ਰਿਕਟ ਦੇ ਸਬ SDM ਦੇ ਹੈੱਡਕੁਆਰਟਰ ਦੇ ਉੱਪਰ 2 ਅਕਤੂਬਰ ਨੂੰ ਅਸੀਂ ਇਸ ਸਾਲ ਦੇ ਉੱਥੇ ਆਰੰਭ ਕੀਤਾ ਸੀ, ਔਰ ਡਿਸਟ੍ਰਿਕਟ ਲੈਵਲ ਦਾ ਵਿਕਾਸ ਕੈਂਪ 20 ਤਰੀਕ ਹਰ ਮਹੀਨੇ ਦੇ ਇਹ ਲੱਗਿਆ ਕਰੇਗਾ।